ਸਤਿਕਾਰ ਤੁਸੀਂ ਦੇਖ ਰਹੇ ਹੋ ਦੈਨਿਕ ਸਵਰਾ ਟੀਵੀ ਤੇ ਮੈਂ ਹਾਂ ਤਾਨਿਆ ਸਿੰਘਾ ਪੰਜਾਬੀ ਇੰਡਸਟਰੀ ਦਾ ਇੱਕ ਵੱਡਾ ਨਾਮ ਜਿਸ ਨੇ ਹੁਣੇ ਲਾਈਵ ਆ ਕੇ ਕੁਝ ਵੱਡੇ ਖੁਲਾਸੇ ਕਰ ਦਿੱਤੇ ਨੇ ਸਿੰਘੇ ਨੇ ਲਾਈਵ ਆ ਕੇ ਦੱਸਿਆ ਕਿ ਉਸ ਦੇ ਉੱਤੇ ਪਰਚੇ ਕੀਤੇ ਜਾਂਦੇ ਨੇ ਪਰਚੇ ਕਰਨ ਤੋਂ ਬਾਅਦ ਉਸ ਨੂੰ ਫੋਨ ਆਉਂਦੇ ਨੇ ਜਿਸ ਵਿੱਚ 10 ਲੱਖ ਰੁਪਏ ਮੰਗੇ ਜਾਂਦੇ ਨੇ ਬਲੈਕਮੇਲ ਕੀਤਾ ਜਾਂਦਾ ਹੈ ਬਲੈਕਮੇਲਰਸ ਦੇ ਵੱਲੋਂ ਇਹ ਕਿਹਾ ਜਾਂਦਾ ਹੈ ਕਿ ਉਸ ਨੂੰ ਪੈਸੇ ਦਿੱਤੇ ਜਾਣ ਤਾਂ ਕਿ ਸਿੰਘੇ ਤੇ ਪਰਚੇ ਜਿਹੜੇ ਹੋਏ ਨੇ ਉਹ ਕੱਟੇ ਜਾਣ ਇਸ ਦੀ ਜਾਣਕਾਰੀ ਖੁਦ ਸਿੰਘੇ ਨੇ ਲਾਈਵ ਆ ਕੇ ਆਪਣੇ ਸੋਸ਼ਲ ਮੀਡੀਆ ਤੇ ਦਿੱਤੀ ਔਰ ਇਸ ਦੇ ਨਾਲ ਹੀ ਲਿਖਿਆ ਕਿ ਆਲਸੋ ਪੁਲਿਸ ਐਂਡ ਹਾਈ ਕੋਰਟ ਵਕੀਲ ਲਾਇਰਸ ਆਰ ਇਨਵੋਲਵਡ ਇਨ ਇਟ ਆਈ ਹੈਵ ਆਲ ਦਾ ਪ੍ਰੂਫ ਸੋ ਸਿੰਘੇ ਨੇ ਕਿਹਾ ਹੈ ਕਿ ਪੁਲਿਸ ਤੇ ਹਾਈ ਕੋਰਟ ਦੇ ਵਕੀਲ ਵੀ ਇਸ ਵਿੱਚ ਸ਼ਾਮਿਲ ਨੇ ਔਰ ਉਸ ਕੋਲ ਸਾਰੇ ਪ੍ਰੂਫ ਨੇ ਔਰ ਨਾਲ ਹੀ ਸੀਐਮ ਭਗਵੰਤ ਮਾਨ ਨੂੰ ਅਪੀਲ ਕੀਤੀ ਗਈ ਹੈ ਕਿ ਜਲਦ ਤੋਂ ਜਲਦ ਇਨਕੁਆਇਰੀ ਕੀਤੀ ਜਾਵੇ ਇਸ ਕੇਸ ਦੇ ਵਿੱਚ ਸਿੰਘੇ ਦਾ ਕਹਿਣਾ ਹੈ ਕਿ ਇਸ ਵਿੱਚ ਉਸ ਦੀ ਫੈਮਿਲੀ ਨੂੰ ਵੀ ਇਨਵੋਲਵ ਕੀਤਾ ਜਾ ਰਿਹਾ ਉਹਦੀ ਫੈਮਿਲੀ ਵੀ ਸਟ੍ਰੈਸ ਦੇ ਵਿੱਚ ਹੈ ਇਸ ਕਾਰਨ ਕਰਕੇ ਉਸ ਦੇ ਬਾਪੂ ਜੀ ਵੀ ਪਰੇਸ਼ਾਨ ਨੇ ਇਸ ਦਾ ਜਲਦ ਤੋਂ ਜਲਦ ਨਿਬੇੜਾ ਕੀਤਾ ਜਾਵੇ ਔਰ ਨਾਲ ਹੀ ਸਿੰਘੇ ਵੱਲੋਂ ਕੁਝ ਸਟੇਟਸ ਵੀ ਪਾਏ ਜਾਂਦੇ ਨੇ ਜਿਸ ਵਿੱਚ ਸਿੰਘੇ ਨੇ ਲਿਖਿਆ ਕਿ ਇਹ ਸਹੀ ਹੈ FIR ਕਰਕੇ ਬਲੈਕਮੇਲ ਕਰਨਾ ਧਮਕੀਆਂ ਦੇਣੀਆਂ ਕਿ ਅਸੀਂ 19 ਪਰਚੇ ਹੋਰ ਕਰਨੇ ਸੀ IT ਐਕਟ ਲਾ ਦੇਣਾ ਸੀ ਜੇ ਪੈਸੇ ਵਾਲੀ ਗੱਲ ਨਾ ਹੁੰਦੀ ਅਸੀਂ ਹੋਰ ਇੰਨੇ ਸਿੰਗਰਸ ਤੇ ਪਰਚੇ ਕਰਨੇ ਆ ਜਿਨ੍ਹਾਂ ਜਿਨ੍ਹਾਂ ਦੇ ਸਿੰਗਰਸ ਦੇ ਨਾਮ ਲਏ ਗਏ ਨੇ ਬਲੈਕਮੇਲਿੰਗ ਵਿੱਚ ਸਭ ਪ੍ਰੂਫ ਨੇ ਸੋ ਸਿੰਘੇ ਦਾ ਕਹਿਣਾ ਹੈ ਕਿ ਬਲੈਕਮੇਲਰ ਵੱਲੋਂ ਇਹ ਵੀ ਕਿਹਾ ਗਿਆ ਕਿ ਹੋਰ ਸਿੰਗਰਾਂ ਦੀ ਲਿਸਟ ਵੀ ਉਹਨਾਂ ਦੇ ਕੋਲ ਹੈ ਹੋਰ ਸਿੰਗਰਾਂ 'ਤੇ ਵੀ ਪਰਚੇ ਹੋਣੇ ਹੈ ਪਰ ਸਿੰਘੇ ਤੋਂ ਹੁਣ ਜਿਹੜੇ ਬਲੈਕਮੇਲ ਕਰਕੇ 10 ਲੱਖ ਰੁਪਏ ਮੰਗੇ ਜਾ ਰਹੇ ਨੇ ਇਸ ਦੇ ਨਾਲ ਹੀ ਸਿੰਘੇ ਨੇ ਲਿਖਿਆ ਕਿ 93 ਸਿੰਗਰਸ 93 ਸਿੰਗਰ ਹੋਰ ਨੇ ਜਿਨ੍ਹਾਂ ਵਿੱਚੋਂ ਗੈਰੀ ਸੰਧੂ ਐਂਡ ਬਾਕੀ ਸਿੰਗਰਸ ਦੇ ਨਾਮ ਲੈ ਕੇ ਮੈਨੂੰ ਬਲੈਕਮੇਲ ਕਰਨ ਦੀ ਕੋਸ਼ਿਸ਼ ਕੀਤੀ ਹੈ ਜੀ ਹਾਂ ਇਸ ਵਿੱਚ ਸਿੰਘੇ ਨੇ ਇੱਕ ਹੋਰ ਖੁਲਾਸਾ ਕੀਤਾ ਹੈ ਕਿ ਗੈਰੀ ਸੰਧੂ ਦਾ ਨਾਮ ਵੀ ਲਿਆ ਗਿਆ ਹੈ ਬਲੈਕਮੇਲਰਸ ਦੇ ਵੱਲੋਂ ਸੋ ਸਿੰਘੇ ਨੇ ਲਾਈਵ ਆ ਕੇ ਪੂਰੀ ਅਪਡੇਟ ਦਿੱਤੀ ਆਪਣੇ ਕੇਸ ਦੇ ਬਾਰੇ ਕਿ ਉਸਦੇ ਉੱਤੇ 295 ਦੇ ਤਹਿਤ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਤਹਿਤ ਪਰਚੇ ਦਰਜ ਕੀਤੇ ਗਏ ਨੇ ਅਲੱਗ ਅਲੱਗ ਜਗ੍ਹਾਵਾਂ 'ਤੇ ਪਰ ਬਲੈਕਮੇਲਰਸ ਦੇ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਜੇ ਪੈਸੇ ਨਾ ਦਿੱਤੇ ਗਏ ਤਾਂ ਪਰਚੇ ਹੋਰ ਵੱਧਦੇ ਜਾਣਗੇ ਜਿਸ ਕਰਕੇ ਸੀਐਮ ਭਗਵੰਤ ਮਾਨ ਨੂੰ ਅਪੀਲ ਕੀਤੀ ਗਈ ਹੈ ਤੁਹਾਡਾ ਇਸ ਪੂਰੇ ਸਿਨੈਰੀਓ ਦੇ ਉੱਤੇ ਤੁਹਾਡਾ ਕੀ ਕਹਿਣਾ ਹੈ ਇੱਕ ਜਨਤਾ ਦੀ ਕੀ ਰਾਏ ਹੈ ਅਸੀਂ ਜ਼ਰੂਰ ਜਾਣਨਾ ਚਾਹਾਂਗੇ ਕਮੈਂਟ ਕਰਕੇ ਆਪਣੀ ਰਾਏ ਵੀ ਜ਼ਰੂਰ ਦਿਓ ਅਤੇ ਬਣੇ ਰਹੋ ਦੈਨਿਕ ਸਵੇਰਾ ਟੀਵੀ ਦੇ ਨਾਲ